दोस्तों सत श्री अकाल। कुदरती खेती किसान करमित्र सिंह बेनती करदा, जिवें आपां नूं गुरु साहब दा हुक्म सी, गुरु मान्यो ग्रंथ ते गुरु ग्रंथ साहब आपां नूं संदेश दिंदे ने, पावन गुरु पाणी पिता माता धरत महत दा। सब तो जो पहला आया पावन गुरु जाने कि हवा बाजू, जिहड़ी हवा है वो एक सब तो जरूरी अंग है। आपां जे जहर मुक्त भोजन खा रहे हैं, वधिया भोजन खा रहे हैं, जे आपां साह माड़ी हवा च लै रहे हैं तां वी उह शरीर नूं खराब करूगा। उदाहरण दे लई जदों अपने बदल होए हुंदे ने जां नेरी आउण दी तैयारी हुंदी आ तां उह टाइम वातावरण च आक्सीजन वध जांदी आ, जद तां आपां नूं इह लगदा वी बहुत फुरती आ गई। तो जिथे हवा घट हुंदी आ उत्थे जां उहदी क्वालिटी घटिया हो जांदी आ तां बंदे नूं सुस्ती पै जांदी आ, जिवें शरीर टुटदा, हड्ड पैर टुटदे ने। ਉਹ ਮਾੜੀ ਹਵਾ ਦੀਆਂ ਨਿਸ਼ਾਨੀਆਂ ਨੇ, ਕਿਉਂਕਿ ਜਿਹੜੀ ਹਵਾ ਇਹ ਆਪਾਂ ਦੇਖ ਨਹੀਂ ਸਕਦੇ ਵੀ ਖਰਾਬ ਹੈ ਜਾਂ ਸਾਫ਼ ਹੈ, ਕਿਉਂਕਿ ਜਿਵੇਂ ਆਪਣੇ ਵਿਕਾਸ ਹੁੰਦਾ, ਹੁਣ ਸੜਕਾਂ ਤੋਂ 9-10 ਲੱਖ ਰੁੱਖ ਕੱਟਿਆ ਗਿਆ ਸੀਗਾ ਪਿੱਛੇ ਜੇ, ਤਾਂ ਕਿਸੇ ਨੇ ਵੀ ਉਹਦਾ ਵਿਰੋਧ ਨਹੀਂ ਕੀਤਾ, ਸਰਕਾਰਾਂ ਨੂੰ ਪੁੱਛਿਆ ਨਹੀਂ ਵੀ ਇਹ ਸਾਡੇ ਰੁੱਖ ਕਿੱਥੇ ਗਏ। ਪਰ ਜੇ ਇੱਕ ਪਾਸੇ ਆਪਾਂ ਦੂਜੇ ਪਾਸੇ ਦੇਖੀਏ ਵਿਦੇਸ਼ੀ ਮੁਲਕਾਂ ਦੇ ਵਿੱਚ, ਉਹ ਡੱਕਾ ਵੱਢਣਾ ਵੀ ਇੱਕ ਉਹਨਾਂ ਦਾ ਇੱਕ ਜੁਰਮ ਹੈ ਵੀ ਸਰਕਾਰ ਦੀ ਆਗਿਆ ਤੋਂ ਬਿਨਾਂ ਤੁਸੀਂ ਡੱਕਾ ਨਹੀਂ ਵੱਢ ਸਕਦੇ। ਅਤੇ ਉਹਨਾਂ ਦੀ ਵਾਤਾਵਰਨ ਹਵਾ ਦੇਖੋ ਕਿੰਨੀ ਸਾਫ਼ ਸੁਥਰੀ ਹੈ। ਅਤੇ ਉੱਥੇ ਜਦੋਂ ਕਿ ਆਪਾਂ ਨੂੰ ਗੱਲ ਆਪਾਂ ਪਵਨ ਗੁਰੂ ਦੀ ਕਰਦੇ ਹਾਂ, ਅਤੇ ਆਪਾਂ ਤਾਂ ਇਹਦੀ ਜ਼ਿਆਦਾ ਸ਼ਰਧਾ ਰੱਖਣੀ ਚਾਹੀਦੀ ਸੀ, ਇਹਨੂੰ ਬਚਾਉਣਾ ਚਾਹੀਦਾ ਸੀਗਾ। ਫਿਰ ਜਿਹੜੇ ਰੁੱਖ ਬਚੇ ਹੋਏ ਨੇ ਆਪਾਂ ਨੂੰ ਉਹ ਵੀ ਨਹੀਂ ਪਤਾ ਵੀ ਉਹ ਆਪਣੇ ਰੁੱਖ ਵਧੀਆ ਨੇ, ਭਾਰਤੀ ਵਿਰਾਸਤੀ ਰੁੱਖ ਨੇ ਜਾਂ ਭਾਰਤੀ ਸੰਸਕ੍ਰਿਤੀ ਦੇ ਰੁੱਖ ਨੇ। ਜਿਵੇਂ ਕਿ ਸ਼ਹਿਰਾਂ ਦੇ ਵਿੱਚ ਪਾਮ ਬੋਟਮ ਜੋ ਇਹੋ ਜਿਹੀਆਂ ਨਸਲਾਂ ਦੇ ਲਾਏ ਗਏ ਨੇ ਰੁੱਖ, ਜਿਹੜੇ ਨਾ ਤਾਂ ਪੰਛੀ ਦੇ ਕੰਮ ਦੇ ਨੇ, ਨਾ ਗਊ ਜਾਂ ਬੱਕਰੀ ਕੋਈ ਹੋਰ ਜੀਵ ਦੇ ਕੰਮ ਦੇ ਵੀ ਨਹੀਂ ਹੈਗੇ। ਸੋ ਰੁੱਖ ਵੀ ਆਪਾਂ ਨੂੰ ਉਹ ਲਾਉਣੇ ਚਾਹੀਦੇ ਜਿਹੜੇ ਇਨਸਾਨੀ ਫਾਇਦੇ ਦੇ ਹੋਣ, ਜਿਵੇਂ ਆਪਣੇ ਬਜ਼ੁਰਗ ਕਹਿੰਦੇ ਸਨ ਇੱਕ ਰੁੱਖ 100 ਸੁੱਖ। ਸੋ ਵਾਤਾਵਰਨ ਬਚਾਉਣਾ ਬਹੁਤ ਜ਼ਰੂਰੀ ਆ, ਕਿਉਂਕਿ ਜਿਹੜੇ ਮੁਲਕ ਦੇ ਵਿੱਚ ਗੁਰੂ ਸਾਹਿਬ ਦੀ ਐਡੀ ਵੱਡੀ ਸਿੱਖਿਆ ਮਿਲੀ ਹੋਵੇ, ਆਪਾਂ ਨੂੰ ਹੁਕਮ ਮਿਲਿਆ ਹੋਵੇ, ਅਤੇ ਉਹਦੇ ਉੱਤੇ ਆਪਾਂ ਕਦੇ ਚਰਚਾ ਨਹੀਂ ਕਰਦੇ, ਗੁਰਦੁਆਰਾ ਸਾਹਿਬ ਜਾਂਦੇ ਹਾਂ ਜਾਂ ਧਾਰਮਿਕ ਸਥਾਨਾਂ 'ਤੇ ਜਾਂਦੇ ਹਾਂ, ਤਾਂ ਇਸ ਵਿਸ਼ੇ 'ਤੇ ਬਹੁਤ ਘੱਟ ਗੱਲ ਕੀਤੀ ਜਾਂਦੀ ਹੈ। ਜਦੋਂ ਕਿ ਆਪਣੀ ਸਿਹਤ ਦਾ, ਸਰੀਰ ਦਾ ਸਭ ਤੋਂ ਜ਼ਰੂਰੀ ਅੰਗ ਹਵਾ, ਜੇ ਆਪਣੀ ਹਵਾ ਨਹੀਂ ਵਧੀਆ ਤਾਂ ਆਪਾਂ ਬਿਮਾਰਾਂ ਦੇ ਵਾਂਗ ਰਹਾਂਗੇ। ਸੋ ਇਹਦੇ ਲਈ ਵੱਧ ਤੋਂ ਵੱਧ ਰੁੱਖ ਲਾਏ ਜਾਣ, ਸਰਕਾਰਾਂ ਕੋਸ਼ਿਸ਼ ਕਰਨ, ਜਦੋਂ ਵੀ ਕੋਈ ਰੁੱਖ ਕੱਟਿਆ ਜਾਂਦਾ ਤਾਂ ਉਹਦੇ ਬਾਰੇ ਜਵਾਬ ਦੇ ਹੋਵੇ ਵੀ ਭਾਈ ਮੈਂ ਇੱਕ ਰੁੱਖ ਕੱਟਿਆ, ਮੈਂ 2 ਲਾਊਂਗਾ, 4 ਲਾਊਂਗਾ। ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਜਿੰਨੀਆਂ ਗੱਡੀਆਂ ਵੱਧ ਰਹੀਆਂ ਨੇ, ਗੱਡੀਆਂ ਆਪਾਂ ਕਦੇ ਨਹੀਂ ਵਿਚਾਰ ਕੀਤਾ ਵੀ ਇੱਕ ਗੱਡੀ ਇੱਕ ਲੀਟਰ ਡੀਜ਼ਲ ਜਾਂ ਪੈਟਰੋਲ ਫੂਕਣ ਲਈ ਉਹਨੂੰ ਕਿੰਨੀ ਮਤਲਬ ਹਵਾ ਦੀ ਜ਼ਰੂਰਤ ਹੈ, ਆਕਸੀਜਨ ਦੀ ਜ਼ਰੂਰਤ ਹੈ। ਆਪਣੇ ਨਾਲੋਂ ਵੱਧ ਤਾਂ ਮੈਨੂੰ ਲੱਗਦਾ ਆਪਣੀਆਂ ਗੱਡੀਆਂ ਹਵਾ ਖਾ ਰਹੀਆਂ ਨੇ, ਇੰਡਸਟਰੀ ਵਿੱਚ ਧੂੰਆਂ ਮਿਲ ਰਿਹਾ। ਅਤੇ ਭਾਰਤੀ ਸੰਸਕ੍ਰਿਤੀ ਦੇ ਵਿੱਚ ਜਦੋਂ ਰਿਸ਼ੀ ਹਵਨ ਜੱਗ ਕਰਦੇ ਸਨ, ਸਮੱਗਰੀਆਂ ਦਾ ਜੱਗ ਹੁੰਦਾ ਸੀਗਾ, ਤਾਂ ਉਹ ਵਾਤਾਵਰਨ ਸ਼ੁੱਧ ਕਰਨ ਲਈ ਕੀਤਾ ਜਾਂਦਾ ਸੀਗਾ, ਜਦੋਂ ਕਿ ਵਾਤਾਵਰਨ ਪਹਿਲਾਂ ਹੀ ਬਹੁਤ ਸ਼ੁੱਧ ਸੀਗਾ। ਅੱਜ ਉਸੇ ਮੁਲਕ 'ਚ ਪਲਾਸਟਿਕ ਕਚਰਾ ਜਲ ਰਿਹਾ, ਜਦੋਂ ਕਿ ਵਾਤਾਵਰਨ ਖਰਾਬ ਹੋ ਚੁੱਕਿਆ। ਆਪਾਂ ਨੂੰ ਆਪਣੇ ਸਰੀਰ ਦੇ ਲਈ ਹਵਾ ਸਭ ਤੋਂ ਜ਼ਰੂਰੀ ਹੈ, ਅਤੇ ਉਹਨੂੰ ਬਚਾਉਣਾ ਜ਼ਰੂਰੀ ਹੈ। ਜਿੰਨਾ ਤੁਸੀਂ ਪ੍ਰਦੂਸ਼ਣ ਕਰਦੇ ਹਾਂ, ਆਪਣੇ ਆਪ ਤੋਂ ਸੋਚੋ ਵੀ ਮੈਂ ਇੰਨਾ ਪ੍ਰਦੂਸ਼ਣ ਰੋਜ਼ ਕਰ ਦਿੰਦਾ, ਤਾਂ ਆਪਣਾ ਫਰਜ਼ ਆ ਵੀ ਆਪਾਂ ਉਹਨੇ ਰੁੱਖ ਵੀ ਲਾਈਏ। ਇਸ ਲਈ ਰੁੱਖਾਂ ਤੋਂ ਬਿਨਾਂ ਜ਼ਿੰਦਗੀ ਆਪਣੀ ਖਰਾਬ ਹੋ ਜੂਗੀ। ਸੋ ਇਹ ਜ਼ਰੂਰੀ ਆ, ਬੇਨਤੀ ਆ ਵੀ ਆਪਾਂ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤ ਦੇ ਸਿਧਾਂਤ 'ਤੇ ਚੱਲੀਏ, ਗੁਰੂ ਸਾਹਿਬ ਦੇ ਸੱਚੇ ਸਿੱਖ ਹੋਣ ਦਾ ਸਬੂਤ ਦਈਏ। ਬਹੁਤ ਬਹੁਤ ਧੰਨਵਾਦ ਜੀ।